ਨੇ ਘਰੋਂ ਕੱਢਤੇ ਸੱਸ ਸਹੁਰਾ। ਕੜਾਕੇ ਦੀ ਠੰਡ ਦੇ ਵਿੱਚ ਸੜਕਾਂ ਤੇ ਬੈਠੇ ਨੇ ਬਜ਼ੁਰਗ। ਰੋਂਦੀ ਹੋਈ ਮਾਂ ਪੁੱਛ ਰਹੀ ਆਪਣਾ ਕਸੂਰ। ਇਹਨਾਂ ਬਜ਼ੁਰਗਾਂ ਦੀ ਇਕਲੌਤੀ ਔਲਾਦ ਨੇ ਇਸ ਤਰੀਕੇ ਦਾ ਇਹਨਾਂ ਨਾਲ ਵਤੀਰਾ ਕੀਤਾ ਕਿ ਘਰੋਂ ਬਾਹਰ ਹੀ ਕੱਢ ਦਿੱਤਾ। ਦਰ ਦਰ ਦੀਆਂ ਠੋਕਰਾਂ ਖਾ ਰਹੇ ਨੇ ਬਜ਼ੁਰਗ, ਰੋ ਰੋ ਕੇ ਪੁਲਿਸ ਦੇ ਕੋਲੋਂ ਇਨਸਾਫ ਦੀ ਮੰਗ ਕਰ ਰਹੇ ਨੇ। ਦਰਅਸਲ ਇਹਨਾਂ ਬਜ਼ੁਰਗਾਂ ਦੀ ਇੱਕ ਇਕਲੌਤੀ ਔਲਾਦ ਸੀ, ਮੁੰਡਾ। ਇਹਨਾਂ ਮਾਂ ਬਾਪ ਨੇ ਪੂਰੀ ਜ਼ਿੰਦਗੀ ਉਸ ਬੱਚੇ ਨੂੰ, ਯਾਨੀ ਕਿ ਉਸ ਮੁੰਡੇ ਨੂੰ ਪੜ੍ਹਾਉਣ ਦੇ ਵਿੱਚ ਦਿਨ ਰਾਤ ਇੱਕ ਕਰ ਦਿੱਤੀ। ਹਰੇਕ ਮਾਂ ਪਿਓ ਆਪਣੇ ਬੱਚੇ ਨੂੰ ਪੜ੍ਹਾਉਣ ਦੇ ਲਈ ਮਿਹਨਤ ਕਰਦਾ ਹੈ, ਕਿਉਂਕਿ ਉਸਦੇ ਬੁਢਾਪੇ ਦਾ ਸਹਾਰਾ ਉਸਦਾ ਮੁੰਡਾ ਹੀ ਬਣੇਗਾ। ਪਰ ਇਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਇਹਨਾਂ ਦੀ ਔਲਾਦ ਗੰਦੀ ਨਿਕਲ ਜਾਵੇਗੀ। ਨੂੰਹ ਦੇ ਵੱਲੋਂ ਆ ਕੇ ਸੱਸ ਸਹੁਰੇ ਨੂੰ ਬਾਹਰ ਕੱਢਿਆ ਗਿਆ ਅਤੇ ਜਿਹੜਾ ਮੁੰਡਾ ਹੈ ਉਹ ਕੋਨੇ 'ਤੇ ਖੜ੍ਹਾ ਚੁੱਪ ਰਿਹਾ। ਉਸਦੇ ਵੱਲੋਂ ਕੁਝ ਵੀ ਨਹੀਂ ਬੋਲਿਆ ਗਿਆ। ਦੱਸ ਦਈਏ ਕਿ ਇਹ ਮਾਮਲਾ ਗੁਆਂਢੀ ਸੂਬੇ ਹਰਿਆਣੇ ਦੇ ਫਤਿਹਾਬਾਦ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਇਸ ਬਜ਼ੁਰਗ ਜੋੜੇ ਨੂੰ ਇਹਨਾਂ ਦੀ ਨੂੰਹ ਨੇ ਬਾਹਰ ਕੱਢ ਦਿੱਤਾ ਹੈ। ਦਰ ਦਰ ਦੀਆਂ ਠੋਕਰਾਂ ਖਾਣ ਤੋਂ ਬਾਅਦ ਇਹਨਾਂ ਨੂੰ ਮੰਦਰ ਦਾ ਸਹਾਰਾ ਮਿਲਿਆ। ਮੰਦਰ ਦੇ ਵਿੱਚ ਰਹਿ ਕੇ ਇਹਨਾਂ ਨੇ ਆਪਣੀ ਰਾਤ ਕੱਟੀ ਅਤੇ ਰੋ ਰੋ ਕੇ ਉਸ ਦਿਨਾਂ ਨੂੰ ਯਾਦ ਕੀਤਾ ਜਦ ਇਹਨਾਂ ਨੇ ਆਪਣੇ ਮੁੰਡੇ ਦੇ ਲਈ ਦਿਨ ਰਾਤ ਇੱਕ ਕਰਕੇ ਉਸਨੂੰ ਪੜ੍ਹਾਇਆ ਸੀ। ਪਰ ਇਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਉਹ ਵਿਆਹ ਕਰਾਉਣ ਤੋਂ ਬਾਅਦ ਇੰਜ ਬਦਲ ਜਾਵੇਗਾ ਕਿ ਨੂੰਹ ਦੇ ਵੱਲੋਂ ਇਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਅਤੇ ਉਹ ਕੋਨੇ ਦੇ ਵਿੱਚ ਖੜ੍ਹਾ ਚੁੱਪ ਰਿਹਾ। ਆਓ ਇਹਨਾਂ ਬਜ਼ੁਰਗ ਮਾਪਿਓ ਤੋਂ ਹੀ ਜਾਣਦੇ ਹਾਂ ਇਹਨਾਂ 'ਤੇ ਕੀ ਬੀਤਰੀ ਹੈ। ਕੌਣ ਨਹੀਂ ਰਹਿਣ ਦੇ ਰਹੀ? ਬਹੂ। ਕਿਆ ਨਾਮ ਹੈ? ਪੂਜਾ। ਔਰ ਕਿਤਨੇ ਬੇਟੇ ਹੈ ਆਪਕੇ? ਏਕ ਹੀ ਬੇਟਾ ਹੈ। ਕਿਆ ਕਹਿ ਰਹੇ ਹੈਂ? ਵੋ ਕਹਤੇ ਘਰ ਸੇ ਨਿਕਲੋ ਆਪ, ਔਰ ਬੇਟੇ ਕੋ ਵੀ ਡਰਾ ਰੱਖਾ ਉਸਨੇ, ਉਸਕੀ ਬਖਸ਼ ਲਈਏ ਜਾ ਰਹਾ ਹੈ ਵੋ ਵੀ। ਔਰ ਬੇਟਾ ਕਹਾਂ ਹੈ ਆਪਕਾ? ਪਤਾ ਨਹੀਂ ਕਹਾਂ ਹੈ, ਹਮ ਤੋ 7 ਦਿਨ ਸੇ ਬਾਹਰ ਘੂਮ ਰਹੇ ਹੈਂ। ਘਰ ਕੇ ਅੰਦਰ ਹੀ ਨਹੀਂ ਪਟਨ ਦੇ ਰਹੀ ਹੋ? ਨਾ। ਕਿਆ ਕਹਿ ਰਹੀ ਹੈ? ਕਹਤੀ ਨਿਕਲੋ ਆਪ ਯਹਾਂ ਸੇ ਬਾਹਰ, ਅੰਦਰ ਐਂਟਰੀ ਨਹੀਂ ਕਰਨੇ ਦੇਤੀ। ਕਿਤਨੇ ਦਿਨ ਹੋ ਗਏ ਆਪ ਘਰ ਸੇ ਬਾਹਰ ਨਿਕਲੇ? 7-8 ਦਿਨ ਹੋ ਗਏ, 18 ਤਰੀਕ ਕੇ ਹਮ ਬਾਹਰ ਨਿਕਲੇ ਹੋਏ। ਵੋ ਆਪ ਕਹਾਂ ਕੋਈ ਕਾਰਵਾਈ ਵੀ ਕਰਵਾਈ ਆਪਨੇ? ਕਾਰਵਾਈ ਕਰਵਾਈ ਹੈ, ਵਹਾਂ ਵੀ ਗਏ, ਥਾਣੇ ਮੇਂ ਵੀ ਗਏ, ਕੋਈ ਸੁਣਾਈ ਨਹੀਂ ਹੋ ਰਹੀ। ਕਿਆ ਕਹਿ ਰਹੇ ਹੋ? ਆਪ ਕਹਾਂ ਪੇ ਕਿਸ ਕੀ ਸ਼ਰਨ ਮੇਂ ਕਹਾਂ ਰਹੇ ਹੋ? ਅਬ ਆਪ ਕਹੀਂ ਨਹੀਂ ਰਹੇ ਕਿ ਪਹਿਲੇ ਆਪਣੇ ਭਾਈ ਕੇ ਘਰ ਨਹੀਂ, ਫਿਰ ਉਹਨੇ ਵੀ ਭੇਜ ਦਿਆ, ਹਮ ਚਲੇ ਗਏ ਗੰਗਾਨਗਰ ਕਰਨਪੁਰ ਰਿਸ਼ਤੇਦਾਰੋ ਕੇ ਸਾਥ ਹੀ, ਫਿਰ ਅਬ ਵੋ ਰਿਸ਼ਤੇਦਾਰ ਵੀ ਹਮੇ ਯਹਾਂ ਛੋੜ ਕੇ ਚਲੇ ਗਏ। ਰਿਸ਼ਤੇਦਾਰ ਯਹਾਂ ਛੋੜ ਕੇ ਚਲੇ ਗਏ ਮੰਦਿਰ ਕੇ ਪਾਸ? ਅਭੀ ਆ ਰਹੇ ਹੈ, ਅਬ ਤੱਕ ਤੋ ਆਏ ਨਹੀਂ, 2 ਘੰਟੇ ਹੋ ਗਏ ਜਾ ਬੈਠੇ। ਕਿਤਨੇ ਘੰਟੇ ਸੇ ਬੈਠੇ ਹੋ ਆਪ ਯਹਾਂ ਡਿਊਟੀ ਰੋਡ ਪੇ? ਹਾਂਜੀ। ਕਿਤਨੇ ਦੇਰ ਸੇ ਬੈਠੇ ਹੋ, ਕਿਤਨੇ ਘੰਟੇ ਸੇ ਬੈਠੇ ਹੋ? 2-3 ਘੰਟੇ ਹੋ ਗਏ ਜਾ ਬੈਠੇ। ਤੋ ਰਾਤ ਕੋ ਕਹਾਂ ਰਹੋਗੇ ਆਪ? ਦੇਖੋ ਕਹਾਂ ਜਗ੍ਹਾ ਮਿਲਤੀ ਹੈ ਕਹਾਂ ਨਹੀਂ ਮਿਲਤੀ, ਕਿ ਐਸੇ ਹੀ ਸਾਰੀ ਰਾਤ ਬੈਠਣਾ ਪੜੇਗਾ। ਕਿਆ ਨਾਮ ਹੈ ਜੀ ਆਪਕਾ? ਸੁਮਨ। ਕਹਾਂ ਸੇ? ਮੈਂ ਕਲੋਨੀ ਸੇ।